दर्शक कुछ अवेयरनेस हो सकन, कुछ उन्होंने मैसेज मिले, वधिया जानकारी मिले, ते पॉजिटिव लोगों को असीं तुहाडे नाल रूबरू कराने आ। ते अज असीं जिस पर्सनैलिटी नूं तुहाडे नाल रूबरू करान जा रहे हां, ओह किसी पहचान दे मुताज नहीं। गल करिए स्पोर्ट्स दी, स्पोर्ट्स दे विच अर्जुन अवार्डी, अपने हॉकी दे विच ओलंपिक दे विच भी मैडल लै चुके ने, गोल्ड मैडलिस्ट ने। तो आम आदमी पार्टी तो कैंट हलके तो इलैक्शन भी इस बार उन्होंने लड़िया, तो बहुत अच्छे इंसान ने और स्पोर्ट्स के बारे उन्होंने बहुत जानकारी है, इस करके उन्होंने आम आदमी पार्टी तो पंजाब स्पोर्ट्स के प्रेजिडेंट बनाया गया। तो सब तो पहला सर थोड़ा पंजाब के चलो स्पोर्ट्स प्रेजिडेंट बनाया गया, वो वेलकम। शुक्रिया जी, थैंक यू। मैं थोड़ा दस दें कि तुम नाम नहीं दसिया, तो मेरा नाम है सुरिंदर सिंह छोटी। कई दर्शकों को पता नहीं सर, गल है कि जो गल की जाती ना स्पोर्ट्स की, अर्जुन अवार्डी हॉकी के गिनती के प्लेयर, और थोड़े जो फेस है ना, थोड़े फेस की इतनी पहचान है कि मैं लगन मैं क्या कि थोड़े दर्शक जो वैसे ही तुम देख के पहचान, इस करके नाम तो भी दस कि ऑलरेडी गेम के करके स्पोर्ट्स करके तो लोग जानते हैं, और जो राजनीति से जो कदम रखा वो करके लोग हम तुम होर ज्यादा जान लग गए। थैंक यू, शुक्रिया जी। सर मैं जो गल की सब तो पहले तो बहुत बहुत बधाई दें स्पोर्ट्स पंजाब के तुम प्रेजिडेंट बनाया गया। हाँ, मेरी पार्टी का मैं बहुत धन्यवाद दी हाई कमांड का जिन्होंने, क्योंकि मैं खुद स्पोर्ट्समैन हाँ, ओलंपिक्स एशियन गेम वर्ल्ड कप बहुत सारे इंटरनेशनल टूरनामेंटा खेडे, स्पोर्ट्स कैरियर है मेरा, और इस दिन पुलिस के मैं बहुत सारे हाई अहद्या उत्ते काम किया, तो एज एडमिनिस्ट्रेटर भी मैं बताया, तो हाई कमांड का साढ़े सुप्रीम केजरीवाल जी का, साढ़े चीफ मिनिस्टर हरमन प्यारे, चीफ मिनिस्टर भगवंत मान जी का, इन्होंने सारे का मैं धन्यवाद दी हाँ जिन्होंने मैंने आदर। क्योंकि आम आदमी पार्टी ने तो स्पोर्ट्स का जो प्रेजिडेंट पंजाब का बनाया, यही सोच के कि स्पोर्ट्स के जो उन्होंने फैसला लिया कि ਤੁਸੀਂ ਸਪੋਰਟਸ ਦੇ ਵਿੱਚ ਰਹੇ ਹੋ, ਇਸ ਕਰਕੇ ਸਪੋਰਟਸ ਨੂੰ ਤੁਸੀਂ ਸਹੀ ਜਿਹੜਾ ਰਸਤਾ ਦੇ ਸਕਦੇ। ਮੈਂ ਕੋਸ਼ਿਸ਼ ਕਰੂੰਗਾ, ਕਿਉਂਕਿ ਪੰਜਾਬ ਦੇ ਵਿੱਚ ਸਪੋਰਟਸ ਡਿਪਾਰਟਮੈਂਟ ਖੇਡਾਂ ਦੇ ਉੱਤੇ ਕੰਮ ਕਰਦਾ ਹੈ, ਆਲਰੇਡੀ ਉਹ ਇੱਕ ਡਿਪਾਰਟਮੈਂਟ ਸਰਕਾਰੀ ਡਿਪਾਰਟਮੈਂਟ ਜਿਹੜਾ ਆਲਰੇਡੀ ਖੇਡਾਂ 'ਤੇ ਹੀ ਕੰਮ ਕਰਦਾ ਹੈ, ਔਰ ਮੈਂ ਆਪਣਾ ਐਕਸਪੀਰੀਅੰਸ ਜਾਂ ਕੋਈ ਆਪਣੇ ਸੁਝਾਅ ਉਹਨਾਂ ਨੂੰ ਦੇ ਸਕਦਾ, ਕਿਉਂਕਿ ਸਰਕਾਰੀ ਕੰਮ ਸਰਕਾਰੀ ਡਿਪਾਰਟਮੈਂਟ ਦੇ ਜਿਹੜੇ ਕੋਚਿਜ ਆ, ਅਫਸਰ ਆ, ਜਾਂ ਹੋਰ ਇਸ ਦੇ ਨਾਲ ਜੁੜੇ ਲੋਕ ਆ ਸਰਕਾਰੀ, ਉਹਨਾਂ ਨੇ ਕਰਨੇ ਆ, ਲੇਕਿਨ ਮੈਂ ਉਹਨਾਂ ਨੂੰ ਆਪਣੀ ਜਿੱਥੋਂ ਤੱਕ ਹੋਵੇ ਉਹਨਾਂ ਨੂੰ ਐਡਵਾਈਸ ਉਹ ਦੇ ਸਕਦਾ, ਤਾਂ ਕਿ ਉਹਦੇ ਵਿੱਚ ਜਿਹੜੀ ਆ ਸਪੋਰਟਸ ਦੀ ਇੰਪਰੂਵਮੈਂਟ ਵੱਧ ਤੋਂ ਵੱਧ ਹੋ ਸਕੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰਿਆਣਾ ਸਾਡੇ ਤੋਂ ਬਹੁਤ ਅੱਗੇ ਅੱਗੇ ਜਾ ਚੁੱਕਾ ਹੈ, ਔਰ ਜਦਕਿ ਸਾਡਾ ਇਹ ਆਪਣੀ ਪੰਜਾਬ ਸਟੇਟ ਪਹਿਲਾਂ ਅੱਗੇ ਹੁੰਦੀ ਸੀ। ਅਤੇ ਅੱਜ ਵੀ ਕੋਈ ਗੱਲ ਨਹੀਂ ਹੈਗੀ, ਸਿਰਫ ਨੀਤੀ ਅਤੇ ਇਕਿਪਮੈਂਟ ਅਤੇ ਬੱਚਿਆਂ ਨੂੰ ਗਰਾਸ ਰੂਟ ਲੈਵਲ ਤੋਂ ਗੇਮ ਵੱਲ ਲੈ ਕੇ ਜਾਣ ਦੀ ਲੋੜ ਆ, ਇਸ 'ਤੇ ਅਸੀਂ ਕੰਮ ਕਰਾਂਗੇ। ਅਤੇ ਆਮ ਆਦਮੀ ਪਾਰਟੀ ਸਪੋਰਟਸ ਵਾਸਤੇ ਇੱਦਾਂ ਦਾ ਕੋਈ ਨਵਾਂ ਕੋਈ ਪਲੈਨ ਉਹਨਾਂ ਦਾ ਕੁਛ? ਦੇਖੋ ਇਹਦੇ ਵਿੱਚ ਪਲੈਨਿੰਗ ਦੀ ਤਾਂ ਤਕਰੀਬਨ ਕੋਈ ਐਡੀ ਵੀ ਪਲੈਨਿੰਗ ਆਲਰੇਡੀ ਹੈਗੀਆਂ ਆ, ਲੇਕਿਨ ਉਹਨਾਂ ਨੂੰ ਇੰਪਲੀਮੈਂਟ ਕਰਨਾ ਹੁੰਦਾ। ਕਈ ਵਾਰੀ ਕੀ ਹੁੰਦੀਆਂ ਸਪੋਰਟਸ ਪੋਲਿਸੀ ਬਣੀਆਂ ਹੁੰਦੀਆਂ, ਉਹ ਪੂਰੀ ਤਰ੍ਹਾਂ ਜਿਸ ਤਰ੍ਹਾਂ ਲਾਗੂ ਹੋਣੀਆਂ ਚਾਹੀਦੀਆਂ ਉਹ ਨਹੀਂ ਹੁੰਦੀਆਂ। ਅਸੀਂ ਕੋਸ਼ਿਸ਼ ਕਰਾਂਗੇ ਸਪੋਰਟਸ ਡਿਪਾਰਟਮੈਂਟ ਨੂੰ ਵੀ ਨਾਲ ਲੈ ਕੇ ਅਤੇ ਸਰਕਾਰ ਨੂੰ ਵੀ ਦੱਸੀ ਜਾਈਏ ਅਤੇ ਉਹ ਜਿਹੜੀਆਂ ਪੋਲਿਸੀਜ਼ ਆ ਉਹਨਾਂ ਨੂੰ ਸਹੀ ਢੰਗ ਦੇ ਨਾਲ ਲਾਗੂ ਕਰਕੇ ਗਰਾਸ ਰੂਟ ਲੈਵਲ ਤੋਂ ਜਦੋਂ ਸਪੋਰਟਸ ਜਿਹੜੀ ਆ ਉਹਨੂੰ ਆਪਾਂ ਚਲਾਉਣ ਲੱਗ ਜਾਂਦੇ ਹਾਂ, ਉਹਦਾ ਕੰਮ ਕਰਨ ਲੱਗ ਜਾਂਦੇ ਹਾਂ, ਅਤੇ ਬੱਚਿਆਂ 'ਚ ਇੱਕ ਇੰਟਰਸਟ ਪੈਦਾ ਕਰਨਾ ਹੁੰਦਾ। ਜਦੋਂ ਬੱਚਿਆਂ ਦੇ ਵਿੱਚ ਗੇਮਾਂ ਦਾ ਇੰਟਰਸਟ ਪੈਦਾ ਹੋ ਜਾਂਦਾ ਤਾਂ ਫਿਰ ਉਹ ਦਿਨ ਬ ਦਿਨ ਉਹ ਤਰੱਕੀ ਕਰਦੇ ਆ, ਅਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਸਕੂਲ ਦੇ ਬੱਚੇ ਜਿਹੜੇ ਆ ਉਹ ਵੱਧ ਤੋਂ ਵੱਧ ਗੇਮਾਂ ਦੇ ਨਾਲ ਜੁੜਨ। ਸਰ ਅਕਸਰ ਆਪਾਂ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਨਾ ਬੱਚੇ ਸਪੋਰਟਸ ਵਿੱਚ, ਗਰੀਬ ਘਰਾਂ ਦੇ ਬੱਚੇ ਆਪਾਂ ਗੱਲ ਕਰੀਏ, ਸਟਾਰਟਿੰਗ ਦੇ ਵਿੱਚ ਨੈਸ਼ਨਲ ਤੱਕ ਖੇਡ ਲੈਂਦੇ ਆ, ਪੰਜਾਬ ਤੋਂ ਸਟੇਟ ਲੈਵਲ 'ਤੇ ਵੀ ਖੇਡਦੇ ਆ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਾ ਕੇ
ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਕੋਲ ਸਪੋਰਟਸ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਕਈ ਵਧੀਆ ਡਾਈਟ ਨਹੀਂ ਲੈ ਸਕਦੇ, ਵਧੀਆ ਉਹਨਾਂ ਨੂੰ ਕੁਛ ਫੈਸਿਲਿਟੀਆਂ ਨਹੀਂ ਮਿਲਦੀਆਂ, ਤਾਂ ਉਹਦੇ ਕਰਕੇ ਹੁੰਦਾ ਕਿ ਬੱਚੇ ਜਿਹੜੇ ਵਧੀਆ ਖੇਡਣ ਵਾਲੇ ਗਰੀਬ ਘਰਾਂ ਦੇ ਬੱਚੇ ਤਾਂ ਉਹ ਉੱਥੇ ਹੀ ਰੁਕ ਜਾਂਦੇ ਨੇ ਅਤੇ ਅੱਗੇ ਜਾਣ ਬਾਰੇ ਸੋਚਦੇ ਨਹੀਂ। ਉਹਨਾਂ ਬੱਚਿਆਂ ਲਈ ਤੁਸੀਂ ਕੀ ਕਰ ਰਹੇ ਹੋ? ਨਹੀਂ ਇਸ ਤਰ੍ਹਾਂ ਉਹ ਹੈ ਨਹੀਂ ਗੱਲ, ਕਿਉਂਕਿ ਜਿਹੜੇ ਜਿੰਨੀਆਂ ਸਾਡੀਆਂ ਅਕੈਡਮੀਆਂ ਹਰ ਗੇਮ ਦੀਆਂ ਉਹਨਾਂ ਦੇ ਟ੍ਰਾਇਲ ਹੋ ਕੇ ਅਤੇ ਬਹੁਤ ਸਾਰੇ ਬੱਚੇ ਜਿਹੜੇ ਆ ਸਰਕਾਰੀ ਅਕੈਡਮੀਆਂ ਸਾਡੀਆਂ ਚੱਲਦੀਆਂ ਜਿੱਥੇ ਡਾਈਟ ਨਹੀਂ ਮਿਲਦੀ ਹੈ, ਜਿੱਥੇ ਇਕਿਪਮੈਂਟ ਨਹੀਂ ਮਿਲਦਾ ਹੈ, ਔਰ ਜਿਹੜੇ ਬੱਚੇ ਸਕੂਲਾਂ 'ਚ ਟੈਲੈਂਟਡ ਬੱਚੇ ਹੁੰਦੇ ਆ, ਜਿਹਨਾਂ 'ਚ ਟੈਲੈਂਟ ਚੰਗਾ ਹੁੰਦਾ, ਜਿਹਨਾਂ ਦੀ ਸੰਭਾਵਨਾ ਹੈ ਕਿ ਅੱਗੇ ਜਾ ਕੇ ਬਹੁਤ ਅੱਛੇ ਪਲੇਅਰ ਬਣਨਗੇ, ਉਹਨਾਂ ਨੂੰ ਉਹਨਾਂ ਅਕੈਡਮੀਆਂ 'ਚ ਦਾਖਲਾ ਮਿਲ ਜਾਂਦਾ ਅਤੇ ਉੱਥੇ ਫਿਰ ਉਹਨਾਂ ਦੀ ਪੜ੍ਹਾਈ ਵੀ ਵਧੀ ਹੁੰਦੀ ਆ, ਉਹਨਾਂ ਨੂੰ ਕਿੱਟ ਵੀ ਮਿਲਦੀ ਆ, ਉਹਨਾਂ ਨੂੰ ਇਕਿਪਮੈਂਟ ਵੀ ਮਿਲਦਾ ਅਤੇ ਉਹ ਬੱਚੇ ਫਿਰ ਗਾਂਹ ਨਿਕਲ ਜਾਂਦੇ ਆ। ਲੇਕਿਨ ਬਹੁਤ ਸਾਰੇ ਬੱਚੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਗਰੀਬ ਘਰਾਂ ਦੇ, ਉਹ ਜਾਂ ਤਾਂ ਉਸ ਜਦੋਂ ਛੋਟੇ ਬੱਚੇ ਸਾਰੇ ਉਹਨਾਂ ਘਰਾਂ 'ਚੋਂ ਇਹਨਾਂ ਦੇ ਨਾਲ ਦੇ ਪਲੇਅਰ ਹੀ ਨਿਕਲਦੇ ਆ। ਹਾਂਜੀ ਹਾਂਜੀ ਬਿਲਕੁਲ। ਉਹਨਾਂ ਦੇ ਵਿੱਚ ਕੀ ਹੁੰਦੀ ਕਿ ਸਕਿੱਲ ਵਰਕ ਅਤੇ ਸਟੈਮਿਨਾ ਅਤੇ ਹੋਰ ਚੀਜ਼ਾਂ ਕੁਛ ਨਾ ਕੁਛ ਉਹਨਾਂ 'ਚ ਥੋੜ੍ਹੀਆਂ ਜ਼ਿਆਦਾ ਹੁੰਦੀਆਂ, ਜਾਂ ਉਹਨਾਂ ਨੇ ਉੱਥੇ ਪ੍ਰੈਕਟਿਸ ਜ਼ਿਆਦਾ ਕੀਤੀ ਹੁੰਦੀ ਆ, ਉਹ ਅੱਗੇ ਆ ਜਾਂਦੇ ਆ, ਅਤੇ ਉਹਨਾਂ ਨੂੰ ਇਹ ਫੈਸਿਲਿਟੀ ਜਿਹੜੀਆਂ ਤਕਰੀਬਨ ਮਿਲਦੀਆਂ। ਵੀ ਦੇਖੋ ਬਹੁਤ ਸਾਰੀਆਂ ਅਕੈਡਮੀਆਂ, ਹਾਕੀ ਦੀ ਅਕੈਡਮੀਆਂ, ਫੁੱਟਬਾਲ ਦੀਆਂ, ਮਾਰਸ਼ਲ ਆਰਟ ਗੇਮ ਜਿਹੜੀਆਂ ਰੀਕੋਗਨਾਈਜ਼ਡ ਗੇਮਸ ਹੈ ਉਹਨਾਂ ਦੀਆਂ ਚੱਲਦੀਆਂ, ਔਰ ਬੱਚੇ ਬਹੁਤ ਅੱਗੇ ਜਾਂਦੇ ਆ। ਵੈਸੇ ਅਕਸਰ ਦੇਖੀਦਾ ਕਿ ਸਪੋਰਟਸ ਦੇ ਵਿੱਚ ਜਾਂ ਕਲਾਕਾਰੀ ਲਾਈਫ ਦੇ ਵਿੱਚ ਜ਼ਿਆਦਾਤਰ ਜਿੰਨੇ ਵੀ ਬੱਚੇ ਅੱਜ ਤੱਕ ਨਿਕਲੇ ਨੇ ਕਲਾਕਾਰੀ ਵਿੱਚ ਲਾ ਲਓ ਜਾਂ ਸਪੋਰਟਸ ਦੇ, ਉਹ ਗਰੀਬ ਘਰਾਂ ਦੇ ਨਿਕਲੇ, ਕਿਉਂਕਿ ਜਿਹੜੀ ਮਿਹਨਤ ਆ ਨਾ ਉਹ ਮੈਨੂੰ ਲੱਗਦਾ ਕਿ ਜ਼ਿਆਦਾਤਰ ਜਿਹੜੇ ਗਰੀਬ ਘਰਾਂ ਦੇ ਬੱਚੇ ਉਹਨਾਂ ਵਿੱਚ ਆ ਜਿਹੜੀ ਹੁੰਦੀ ਆ ਕਿ ਸਪੋਰਟਸ ਵਿੱਚ ਮਿਹਨਤ ਕਿਵੇਂ ਕਰਨੀ, ਸਟਰਗਲ ਕਿਵੇਂ ਕਰਨਾ। ਗੱਲ ਤੁਹਾਡੀ ਤਾਂ ਬਿਲਕੁਲ ਠੀਕ ਹੈ, ਜਿਹੜੇ ਬੱਚਿਆਂ ਨੂੰ ਸਾਡਿਆਂ ਨੂੰ ਰੋਟੀ ਪਾਣੀ ਮਿਲਦਾ ਨਾ ਚੰਗੇ ਆ ਘਰਾਂ ਦੇ ਵਿੱਚੋਂ, ਉਹਨਾਂ ਨੂੰ ਜਿਹੜੇ ਸਪੋਰਟਸ ਦੇ ਇੰਟਰਸਟ ਬਹੁਤ ਘੱਟ ਹੈ। ਜਦਕਿ ਫੋਰਨ ਦੇ ਵਿੱਚ ਮੈਂ ਦੇਖਦਾ ਜਦੋਂ ਅਸੀਂ ਉਹਨਾਂ ਦੀ ਪ੍ਰੋਫਾਈਲ ਦੇਖਦੇ ਹਾਂ ਪਲੇਅਰਾਂ ਦੀ, ਕੋਈ ਡਾਕਟਰ ਆ, ਕੋਈ ਇੰਜੀਨੀਅਰ ਆ, ਕੋਈ ਕੁਛ ਆ, ਇੱਦਾਂ ਉਹਨਾਂ ਦੀਆਂ ਪੜ੍ਹਾਈਆਂ ਵੀ ਬਹੁਤ ਅੱਛੀਆਂ। ਇਹ ਲੋੜ ਆ ਸਾਨੂੰ ਇੱਥੇ ਇਹਨਾਂ ਨੂੰ ਮੋਟੀਵੇਟ ਕਰਨ ਦੀ ਬੱਚਿਆਂ ਨੂੰ ਕਿ ਆਪਣੀ ਖੇਡ ਦੇ ਨਾਲ ਨਾਲ ਪੜ੍ਹਾਈ ਵੀ ਕਰੋ। ਗਰੀਬ ਬੱਚਾ ਕਿਉਂ ਖੇਡਦਾ? ਉਹ ਕਹਿੰਦਾ ਮੈਂ ਖੇਡੂੰਗਾ ਪਲੇਅਰ ਬਣ ਜਾਊਗਾ, ਕਿਤੇ ਨਾ ਕਿਤੇ ਮੈਨੂੰ ਨੌਕਰੀ ਮਿਲ ਜਾਊਗੀ, ਨਾਲ ਮਿਹਨਤ ਕਰਨ ਦੇ ਉੱਚ ਹੁੰਦੀ ਥੋੜੀ ਕਪੈਸਿਟੀ। ਜਿਹੜੇ ਅਮੀਰ ਬੱਚੇ ਆ, ਅਮੀਰ ਘਰਾਂ ਦੇ ਬੱਚੇ ਆ, ਉਹ ਏਸੀਆਂ 'ਚ ਰਹਿਣ ਵਾਲੇ ਹੁੰਦੇ ਆ। ਮੈਂ ਕਹਿਣ ਵਾਲਾ ਸੀ ਤੁਹਾਡੇ ਗੱਲ ਕਰਦੀ ਜਿਹੜੀ ਹੈਗੀ ਆ ਨਾ ਖੇਡਣ ਦੀ, ਜਿੱਦਾਂ ਗੇਮ ਜਿਹੜੀ ਆ ਉਹ ਗਰਮੀ 'ਚ ਧੁੱਪ 'ਚ ਜਾ ਕੇ ਪਸੀਨਾ ਪਸੀਨਾ ਹੋਣਾ ਪੈਂਦਾ, ਅਤੇ ਜਿਹੜੇ ਬੱਚੇ ਰੋਟੀ ਖਾਂਦੇ ਪੀਂਦੇ ਚੰਗੇ ਘਰਾਂ ਦੇ ਆ, ਉਹ ਫਿਰ ਏਸੀ 'ਚੋਂ ਨਿਕਲ ਕੇ ਜਾਂਦੇ ਨੇ। ਗਰੀਬ ਘਰ ਦੇ ਬੱਚੇ ਨੂੰ ਇਹ ਦਿਸਦਾ ਆ ਕਿ ਸਪੋਰਟਸ ਇੱਕ ਇਸ ਤਰ੍ਹਾਂ ਦਾ ਮਾਧਿਅਮ ਆ, ਜੇ ਮੈਂ ਇਹਦੇ ਵਿੱਚ ਚੰਗਾ ਖੇਡ ਗਿਆ ਤਾਂ ਮੈਂ ਸ਼ਾਈਨ ਕਰ ਜਾਊਂਗਾ ਇੰਡੀਆ 'ਚ, ਲੋਕ ਮੇਰੇ ਨਾਂ ਤੋਂ ਵਾਕਫ ਹੋ ਜਾਣਗੇ, ਮੈਨੂੰ ਜਦੋਂ ਮੈਂ ਮੈਡਲ ਲਿਆਊਂਗਾ ਪੈਸਾ ਮਿਲੇਗਾ ਅਤੇ ਮੇਰੀ ਜਿਹੜੀ ਆਉਣ ਵਾਲੀ ਫਿਊਚਰ ਆ ਉਹ ਚੰਗਾ ਹੋ ਜਾਏਗਾ। ਤੁਸੀਂ ਹੁਣੇ ਦੇਖਿਆ ਹੋਣਾ ਓਲੰਪਿਕ ਗੇਮਾਂ ਜਿਹੜੇ ਮੈਡਲ ਲੈ ਕੇ ਆਏ, ਮੈਨੂੰ ਕਰੋੜਾਂ ਰੁਪਈਏ ਮਿਲੇ। ਹੁਣ ਰਾਸ਼ਟਰਮੰਡਲ ਗੇਮਸ ਹੁੰਦੀਆਂ, ਕਾਮਨਵੈਲਥ ਗੇਮਸ, ਉਹਨਾਂ ਦੇ ਵਿੱਚ ਵੀ ਸਾਡੇ ਮੈਡਲ ਆਏ ਆ, ਅਤੇ ਉਹ ਬੱਚੇ ਜਿਹੜੇ ਗੋਲਡ ਸਿਲਵਰ ਬਰਾਊਂਜ਼ ਲੈ ਕੇ ਆਏ ਆ ਉਹਨਾਂ ਨੂੰ ਵੀ ਪੈਸਾ ਮਿਲੇਗਾ। ਜਦੋਂ ਫਿਰ ਉਹ ਦੇਖਦੇ ਆ ਗਰੀਬ ਘਰਾਂ ਦੇ ਪਿੱਛੇ, ਉਹਨਾਂ ਦੇ ਕੋਲ ਇੱਕ ਰਸਤਾ ਹੈ। ਹਾਂਜੀ ਹਾਂਜੀ, ਜਿਸ ਤਰ੍ਹਾਂ ਆਪਣਾ ਰਿਐਲਿਟੀ ਸ਼ੋਅ ਦੇਖਦੇ ਆ ਨਾ ਟੀਵੀ 'ਤੇ, ਹਾਂਜੀ ਬਿਲਕੁਲ, ਸਿੰਗਿੰਗ ਦੇ ਵਿੱਚ ਕਿੰਨੇ ਗਰੀਬ ਘਰਾਂ ਦੇ ਬੱਚੇ ਆਉਂਦੇ ਆ, ਡਾਂਸ ਦੇ ਵਿੱਚ ਆਉਂਦੇ ਆ, ਉਹ ਹੀ ਇੱਦਾਂ ਵੀ ਦੇਖੂਗਾ। ਮੈਂ ਪਹਿਲੇ ਗੱਲ ਕਰਕੇ ਹਟਿਆ ਕਿ ਜ਼ਿਆਦਾਤਰ ਹੁੰਦੇ ਉਹਨਾਂ ਅਲੱਗ ਅਲੱਗ ਲਾਈਨ 'ਚ ਜਾਂ ਸਪੋਰਟਸ ਵਿੱਚ। ਗਾਣਾ ਤਾਂ ਤੁਸੀਂ ਏਸੀ ਦੇ ਵਿੱਚ ਵੀ ਬਹਿ ਕੇ ਗਾ ਸਕਦੇ, ਲੇਕਿਨ ਉਹਨਾਂ ਦੇ ਦਿਮਾਗ 'ਤੇ ਇੱਕ ਸੋਚ ਹੁੰਦੀ ਆ ਕਿ ਅਸੀਂ ਤਰੱਕੀ ਕਰਨੀ ਆ ਅਤੇ ਉੱਪਰ ਜਾਣਾ, ਸਾਡੇ ਕੋਲ ਹੋਰ ਕੋਈ ਮਾਧਿਅਮ ਨਹੀਂ। ਔਰ ਉਹ ਬੱਚੇ ਮਿਹਨਤ ਕਰਦੇ ਆ, ਜਿਹੜਾ ਮਿਹਨਤ ਕਰ ਲਏਗਾ ਕਿਸੇ ਵੀ ਫੀਲਡ 'ਚ ਲੈ ਲਓ ਉਹ ਬੰਦਾ ਤਰੱਕੀ ਕਰ। ਸਰ ਜਿਵੇਂ ਗੱਲ ਕਰੀਏ ਕਿ ਆਪਣੇ ਖੇਡੋ ਇੰਡੀਆ, ਖੇਡੋ ਪ੍ਰਧਾਨ ਮੰਤਰੀ ਦਾ ਇੱਕ ਸੁਪਨਾ ਕਿ ਆਪਣੇ ਖੇਡੋ ਇੰਡੀਆ ਖੇਡੋ ਦੇ ਵਿੱਚ ਬੱਚੇ ਜਿਹੜੇ ਆ ਵੱਧ ਚੜ੍ਹ ਕੇ ਖੇਡਾਂ ਦੇ ਵਿੱਚ ਆਉਣ ਅਤੇ ਆਪਣੇ ਭਾਰਤ ਦਾ ਨਾਮ ਰੋਸ਼ਨ ਕਰਨ। ਅਤੇ ਵੈਸੇ ਹੁਣ ਤੁਸੀਂ ਦੱਸੋ ਕਿ ਆਪਣੇ ਜਿੱਦਾਂ ਕਿ ਬੱਚੇ ਜਿਹੜੇ ਜ਼ਿਆਦਾਤਰ ਸਪੋਰਟਸ ਦੇ ਵਿੱਚ, ਕਈ ਬੱਚੇ ਦੇਖਿਆ ਜਾਏ ਤਾਂ ਪੜ੍ਹਾਈ ਵਿੱਚ ਥੋੜ੍ਹੇ ਜਿਹੇ ਵੀਕ ਹੁੰਦੇ ਹੀ ਨੇ, ਅਤੇ ਉਹਦੇ ਵਿੱਚ ਜਿੱਦਾਂ ਪੰਜਾਬ ਸਕੂਲ ਜਿੱਦਾਂ ਬੋਰਡ ਲਾ ਲਓ, ਪੰਜਾਬ ਬੋਰਡ ਦੀ ਵੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ, ਜਿਹੜੀ ਉਹਨਾਂ ਕੋਲ ਆਪਣੇ ਕੋਲ ਪਾਵਰ ਹੁੰਦੀ ਆ, ਉਹਨਾਂ ਬੱਚਿਆਂ ਦੀ ਸਕੂਲਾਂ ਦੇ ਵਿੱਚ ਸਪੋਰਟਸ ਵਾਲੇ ਬੱਚਿਆਂ ਦੀ ਕੋਈ ਹੈਲਪ ਕੀਤੀ ਜਾਂਦੀ? ਦੇਖੋ ਇਹ ਨਾ ਇੱਕ ਚੀਜ਼ ਹੈ, ਗ੍ਰੇਸ ਮਾਰਕ ਹੁੰਦੀ ਹੈ, ਗ੍ਰੇਸ ਮਾਰਕਸ। ਉਹ ਬੱਚਾ ਸਾਰਾ ਸਾਲ ਖੇਡਦਾ ਹੈ, ਖੇਡ ਕੇ ਸਕੂਲ ਦਾ ਨਾਮ ਪੈਦਾ ਕਰਦਾ ਹੈ, ਆਪਣਾ ਤਾਂ ਕਰਦਾ ਹੀ ਹੈ, ਸਕੂਲ ਦਾ ਵੀ ਕਰਦਾ ਹੈ। ਉੱਥੇ ਕੀ ਹੁੰਦਾ ਹੈ ਕਿ ਬੱਚੇ ਦੇ ਕੋਲ ਪੜ੍ਹਨ ਦਾ ਟਾਈਮ ਘੱਟ ਹੁੰਦਾ, ਖੇਡਣ ਦਾ ਜ਼ਿਆਦਾ,
ਉੱਥੇ ਸਕੂਲ ਨੂੰ ਵੈਸੇ ਚਾਹੀਦਾ ਵੀ ਆ ਕਿ ਉਹਨਾਂ ਨੂੰ ਗ੍ਰੇਸ ਮਾਰਕਸ ਦੇਣ, ਗ੍ਰੇਸ ਮਾਰਕਸ ਕਿਉਂਕਿ ਉਹ ਦੂਸਰੇ ਪਾਸੇ ਵੀ ਤੇ ਮਿਹਨਤ ਕਰਦੇ ਹਨ ਤਕਰੀਬਨ ਸਾਰੇ ਸਕੂਲਾਂ ਨੇ ਮੈਨੂੰ ਇੱਕੋ ਹੀ ਗੱਲ ਕਹੀ ਕਿ ਜਿਹੜੇ ਸਾਡੇ ਬੱਚੇ ਜਿਹੜੀ ਸਾਡੀ ਪਾਵਰ ਆ ਸਕੂਲ ਦੀ ਪਾਵਰ ਜਿੱਦਾਂ ਕਿ ਆਪਾਂ ਗੱਲ ਕਰੀਏ ਨੌਵੀਂ ਜਾਂ ਗਿਆਰਵੀਂ ਕਲਾਸ ਆ ਸਾਨੂੰ ਪਤਾ ਕਿ ਸਾਡੇ ਸਕੂਲ ਦੇ ਵਿੱਚ ਰਿਜ਼ਲਟ ਰਹਿਣਾ ਤੇ ਕਹਿੰਦੇ ਸਕੂਲ ਦੇ ਜਿਹੜਾ ਰਿਜ਼ਲਟ ਕੋਈ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਬੱਚਿਆਂ ਨੂੰ ਜਿਹੜਾ ਨਾ ਪਾਸ ਕੀਤਾ ਜਾਵੇ ਉਹ ਉਹੀ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ ਗ੍ਰੇਸ ਮਾਰਕਸ ਦਿੰਦੇ ਆ ਲੇਕਿਨ ਫਿਰ ਵੀ ਮੈਂ ਤਾਂ ਇਹਦੇ ਹੱਕ 'ਚ ਹਾਂ ਕਿ ਬੱਚੇ ਜਿਹੜੇ ਖੇਡਦੇ ਆ ਉਹਨਾਂ ਨੂੰ ਗ੍ਰੇਸ ਮਾਰਕਸ ਜ਼ਰੂਰ ਦਿਓ ਕਿ ਉਹ ਆਪਣਾ ਟਾਈਮ ਬਹੁਤ ਸਾਰਾ ਗਰਾਊਂਡ 'ਚ ਲਾਉਂਦੇ ਆ ਉਹਨਾਂ ਨੂੰ ਪੜ੍ਹਾਈ ਦਾ ਮੌਕਾ ਨਹੀਂ ਮਿਲਦਾ ਕਈ ਵਾਰੀ ਥੋੜ੍ਹਾ ਟਾਈਮ ਮਿਲਦਾ ਪਰ ਜਿਹੜੇ ਬੱਚੇ ਖੇਡਦੇ ਮਿਲਣਗੇ ਉਹਨਾਂ ਨੂੰ ਪਾਸ ਹੋਣਾ ਚਾਹੀਦਾ ਉਹਨਾਂ ਨੂੰ ਇੰਨੀ ਪੜ੍ਹਾਈ ਕਰਨੀ ਚਾਹੀਦੀ ਕਿ ਗ੍ਰੇਸ ਮਾਰਕਸ ਦੀ ਉਹਨਾਂ ਨੂੰ ਲੋੜ ਨਾ ਪਏ ਤੇ ਹੁਣ ਗੱਲ ਕਰੀਏ ਕਿ ਸਾਡੇ ਜਿੱਦਾਂ ਕਿ ਮੈਂ ਮੈਨੂੰ ਥੋੜ੍ਹੇ ਦਿਨ ਪਹਿਲੇ ਫੋਨ ਆਇਆ ਕਿਸੇ ਦਾ ਕੋਈ ਲੜਕੀ ਸੀ ਸਪੋਰਟਸ ਵਾਲੀ ਸੀ ਤਾਂ ਉਹ ਗੇਮ ਕਰਨਾ ਚਾਹੁੰਦੀ ਸੀ ਕਹਿੰਦੀ ਸਰ ਮੈਂ ਗੇਮ ਕਰ ਰਹੀ ਹਾਂ ਅਤੇ ਕਾਫੀ ਦੇਰ ਤੋਂ ਮੈਂ ਗੇਮ ਛੱਡੀ ਆ ਘਰੋਂ ਮੈਂ ਬਹੁਤ ਗਰੀਬ ਹਾਂ ਤਾਂ ਮੈਨੂੰ ਪੈਸਾ ਨਹੀਂ ਖਰਚ ਕਰ ਸਕਦੀ ਮੈਂ ਚਾਹੁੰਦੀ ਹਾਂ ਕਿ ਮੈਂ ਹੋਸਟਲ ਵਿੱਚ ਰਵਾਂ ਉੱਥੇ ਗੇਮ ਕਰਾਂ ਤਾਂ ਮੈਨੂੰ ਫਿਰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਗਾਈਡ ਕਰਾਂ ਮੈਂ ਵੈਸੇ ਉਹਨੂੰ ਕਿਹਾ ਕਿ ਸਾਡੇ ਸਪੋਰਟਸ ਦੇ ਵਿੱਚ ਕਾਫੀ ਇੱਦਾਂ ਦਾ ਕੁਛ ਹੈਗਾ ਸਾਰਾ ਕੁਛ ਹੈਗਾ ਲੇਕਿਨ ਉਹ ਹੈਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਹੁੰਦੇ ਆ ਉਹਨਾਂ ਦੇ ਟ੍ਰੈਲ ਹੁੰਦੇ ਆ ਛੋਟੇ ਬੱਚਿਆਂ ਦੇ ਤੁਸੀਂ ਉਸ ਲੈਵਲ ਦੇ ਜਦੋਂ ਹੋ ਜਾਓਗੇ ਸਕੂਲ ਦੇ ਵਿੱਚ ਤੁਹਾਨੂੰ ਹੋਸਟਲ ਵੀ ਫ੍ਰੀ ਮਿਲਦਾ ਤੁਹਾਨੂੰ ਖਾਣਾ ਵੀ ਫ੍ਰੀ ਮਿਲਦਾ ਜੇ ਤੁਸੀਂ ਉਸ ਲੈਵਲ ਦੇ ਨਹੀਂ ਗਏ ਤੁਹਾਡੀ ਮਨ ਦੀ ਇੱਛਾ ਤਾਂ ਹੈਗੀ ਆ ਕਿ ਮੈਂ ਹੋਸਟਲ 'ਚ ਜਾਵਾਂ ਮੈਂ ਉੱਥੇ ਪ੍ਰੈਕਟਿਸ ਕਰਾਂ ਲੇਕਿਨ ਤੁਸੀਂ ਉਨੇ ਕੈਪੇਬਲ ਨਹੀਂ ਗਏ ਤੁਹਾਡੇ ਤੋਂ ਉਸ ਏਜ ਦੇ ਉਸ ਕਲਾਸ ਦੇ ਬੱਚੇ ਜ਼ਿਆਦਾ ਚੰਗੇ ਆ ਅਤੇ ਬੱਚੇ ਤਾਂ ਗਿਣਤੀ ਦੇ ਰੱਖਣੇ ਹੁੰਦੇ ਉਹਦੇ 'ਚ ਜੇ 28 ਆ ਜਾਂ 30 ਆ ਤਾਂ 30 ਰੱਖਣੇ ਆ ਅਤੇ ਜੇ ਉਹ 30 'ਚ ਨੰਬਰ ਨਹੀਂ ਆਊਗਾ ਫਿਰ ਉਹ ਮਿਹਨਤ ਕਰਨੀ ਪੂਰੀ ਅਗਲੇ ਸਾਲ ਲਈ ਇੱਦਾਂ ਨਹੀਂ ਹੁੰਦਾ ਕਿ ਕਿਸੇ ਨੂੰ ਤਰਸ ਦੇ ਆਧਾਰ 'ਤੇ ਰੱਖ ਦਿਓ ਜੀ ਫਿਰ ਵੀ ਚੰਗੇ ਬੱਚੇ ਦਾ ਜਿਹੜਾ ਹੈ ਨਾ ਉਹ ਨੰਬਰ ਕੱਟੋਗੇ ਤਾਂ ਹੀ ਰੱਖੋਗੇ ਨਾ ਜੇ 28 ਸੀਟਾਂ ਜਾਂ 30 ਸੀਟਾਂ ਸਰਕਾਰ ਨੇ ਪੈਸਾ ਦੇਣਾ ਸਰਕਾਰ ਨੇ ਉਹਨਾਂ ਨੂੰ ਬੱਚਿਆਂ ਨੂੰ ਤਾਂ ਸਾਨੂੰ ਉਹ ਚਾਹੀਦੇ ਜਿਹਦੇ ਵਿੱਚ ਟੈਲੈਂਟ ਆ ਟੈਲੈਂਟ ਵਾਲਾ ਬੱਚਾ ਹਰ ਇੱਕ ਹੋਸਟਲ ਦੇ ਉਹਨਾਂ ਨੂੰ ਮਿਲਿਆ ਜਿਹੜੇ ਜਿਹੜੇ ਜਾਂ ਅਕੈਡਮੀਜ਼ ਨਹੀਂ ਇਹ ਉਹਨਾਂ ਦੇ ਵਿੱਚ ਫਰੀ ਬੱਚਿਆਂ ਨੂੰ ਅਕੈਡਮੀ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਖਾਣਾ ਦਿੱਤਾ ਜਾਂਦਾ ਔਰ ਉਹਨਾਂ ਨੂੰ ਕਿੱਟ ਪਰੈ ਵਗੈਰਾ ਪੂਰੀ ਫੁੱਲ ਕਿੱਟ ਮਿਲਦੀ ਇਹ ਸੀ ਆਪਣੇ ਆਮ ਆਦਮੀ ਪਾਰਟੀ ਤੋਂ ਸੁਰਿੰਦਰ ਪਾਲ ਸਿੰਘ ਜੀ ਸੋਢੀ ਜਿਵੇਂ ਮੈਂ ਗੱਲ ਕੀਤੀ ਕਿ ਹੋਕੀ ਦੇ ਅਰਜੁਨ ਅਵਾਰਡੀ ਓਲੰਪਿਕ ਦੇ ਵਿੱਚ ਵੀ ਗੋਲਡ ਮੈਡਲਿਸਟ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਸੇਵਾ ਨਿਭਾ ਰਹੇ ਨੇ ਹੁਣ ਆਮ ਆਦਮੀ ਪਾਰਟੀ ਤੋਂ ਪੰਜਾਬ ਸਪੋਰਟਸ ਦੇ ਪ੍ਰੈਜ਼ੀਡੈਂਟ ਬਣੇ ਨੇ ਅਤੇ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਸਪੋਰਟਸਮੈਨ ਬੱਚੇ ਆ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਉਮੀਦ ਹੈ ਕਿ ਸਾਡੇ ਦਰਸ਼ਕ ਇਹਨਾਂ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਆ ਇਹਦਾ ਭਰਪੂਰ ਫਾਇਦਾ ਉਠਾਉਣਗੇ ਅਤੇ ਇਸ ਦੇ ਨਾਲ ਹੀ ਸ਼ੋਅ ਕੀ ਬਣਨ ਦਿਓ ਆ ਗਿਆ ਫਿਰ ਮਿਲਾਂਗੇ ਇੱਕ ਨਵੀਂ ਮੁਲਾਕਾਤ